ਆਖਰੀ ਦੀ ਗੱਲ ਸਪਸ਼ਟ ਕਰਨੀ ਚਾਹੀਦੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਪੇਸ਼ ਹੋਣ ਦਾ ਕੋਈ ਗਤੀ ਵਿਧਾਨ ਹੈ, ਕੋਈ ਸਿਧਾਂਤ ਹੈ, ਕੋਈ ਮਰਿਆਦਾ ਹੈ? ਲੰਬਾ ਇਤਿਹਾਸ ਦੇਖ ਲਓ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੂਟਾ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ ਬਟਾਲਾ, ਸਭਨਾਂ ਨੇ ਪੇਸ਼ ਹੋ ਕੇ ਉੱਥੇ ਖਿਮਾ ਯਾਤਰਾ ਕੀਤੀ। ਜੇ ਕੋਈ ਵਿਧੀ ਵਿਧਾਨ ਹੈ ਤਾਂ ਉਹ ਇਹ ਹੈ ਕਿ ਪਹਿਲਾਂ ਜਾ ਕੇ ਸਕੱਤਰ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਚਿੱਠੀ ਦੇਣੀ ਪੈਂਦੀ ਹੈ, ਆਹ ਸਾਡੇ ਕੋਲੋਂ ਗਲਤੀਆਂ ਹੋਈਆਂ ਅਤੇ ਉਹਦੀ ਅਸੀਂ ਮਾਫ਼ੀ ਖਿਮਾ ਯਾਚਨਾ ਮੰਗਣਾ ਚਾਹੁੰਦੇ ਹਾਂ। ਫਿਰ ਉਹ ਚਿੱਠੀ ਰੱਖ ਲੈਂਦੇ, ਪੰਜੇ ਸਿੰਘ ਸਾਹਿਬ ਨਾਲ ਬੈਠ ਕੇ ਉਹਨੂੰ ਡਿਸਕਸ ਕਰਦੇ ਅਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਬੁਲਾਉਂਦੇ, ਫਿਰ ਉਹਨਾਂ ਨੂੰ ਸਪਸ਼ਟੀਕਰਨ ਲੈਂਦੇ। ਸਪਸ਼ਟੀਕਰਨ ਲੈਣ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ, ਤਾਂ ਫਿਰ ਉੱਥੇ ਪੰਜੇ ਸਿੰਘ ਸਾਹਿਬਾਨ ਤਖ਼ਤ 'ਤੇ ਖੜ੍ਹੇ ਹੁੰਦੇ, ਤਖ਼ਤ 'ਤੇ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤਖ਼ਤ ਦੇ ਵਿਚਕਾਰ, ਅਤੇ ਜਿਹੜਾ ਦੋਸ਼ੀ ਹੁੰਦਾ ਉਹਨੇ ਥੱਲੇ ਖੜ੍ਹੇ ਹੋਣ, ਅਤੇ ਫਿਰ ਤਖ਼ਤ ਦੇ ਜਥੇਦਾਰ ਜਿਹੜੇ ਆ ਉਹਨੂੰ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ, ਫਿਰ ਜਿਹੜੀ ਜਿਹੜੀ ਗੱਲ ਹੈ ਉਹ ਕਹਿੰਦਾ ਜੀ ਠੀਕ ਹੈ, ਇਹ ਅਸੀਂ ਕੀਤੀ ਹੈ, ਇਹ ਅਵੱਗਿਆ ਹੋਈ ਹੈ, ਸਾਰੀ ਗੱਲ ਸਪਸ਼ਟ ਕਰਕੇ ਫਿਰ ਕਹਿੰਦੇ ਤੁਹਾਨੂੰ ਇਹਦੇ ਸੰਬੰਧ ਵਿੱਚ ਸਜ਼ਾ ਸੁਣਾਈ ਜਾਏਗੀ ਅਤੇ ਸੇਵਾ ਸੁਣਾਈ ਜਾਏਗੀ, ਧਾਰਮਿਕ ਸੇਵਾ। ਉਹ ਇਹ ਸੁਣਾਉਂਦੇ ਆ ਅਤੇ ਫਿਰ ਇਕੱਲੀ ਇਕੱਲੀ ਪ੍ਰਵਾਨ ਕਰਦੇ, ਪ੍ਰਵਾਨ ਕਰਕੇ ਫਿਰ ਉਹ ਮੁਕੰਮਲ ਜਿਹੜਾ ਉੱਥੇ ਰੀਤੀ ਰਿਵਾਜ਼ ਜਿਹੜਾ ਸਾਡੀ ਵਿਧੀ ਹੈ ਉਹ ਪੂਰੀ ਹੋ ਜਾਂਦੀ ਹੈ। ਜਿਹੜੀ ਉਹਨਾਂ ਨੇ ਮਾਫ਼ੀ ਮੰਗੀ, ਮਾਫ਼ੀ ਰੋਜ਼ ਅਸੀਂ ਕਿਸੇ ਨਾ ਕਿਸੇ ਸਟੇਜ 'ਤੇ ਮੰਗਦੇ ਹਾਂ, ਗੁਰਦੁਆਰਾ ਸਾਹਿਬ 'ਚ ਵੀ ਖੜ੍ਹੇ ਹੋ ਕੇ ਭਾਸ਼ਣ ਦੇਈਏ ਅਤੇ ਅਸੀਂ ਕਹਿੰਦੇ ਵੀ ਅਸੀਂ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ, ਜਾਣੇ ਅਣਜਾਣੇ ਕੋਈ ਗਲਤੀਆਂ ਹੋਣ ਤਾਂ ਮਾਫ਼ ਕਰਨਾ। ਉਸੇ ਤਰ੍ਹਾਂ ਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉੱਠ ਕੇ ਭਾਸ਼ਣ ਕਰਨ ਲੱਗੇ। ਪਹਿਲਾਂ ਤਾਂ ਇਹ ਵੱਡੀ ਗਲਤੀ ਕੀਤੀ ਕਿ ਉੱਥੇ ਕੋਈ ਵੀ ਸਰਕਾਰ ਦੀ ਡਿਵੈਲਪਮੈਂਟ ਦੇ ਬਾਰੇ ਜਾਂ ਕੋਈ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਨਹੀਂ ਜਾਂਦੀਆਂ, ਕਿਉਂਕਿ ਉਸ ਥਾਂ ਦੇ ਉੱਤੇ ਕੇਵਲ ਅਤੇ ਕੇਵਲ ਪੰਥ ਦੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹੀ ਕੀਤੀ ਜਾਂਦੀ ਹੈ, ਵਾਧੂ ਸਰਕਾਰਾਂ ਦੀਆਂ ਗੱਲਾਂ ਦੇ ਭਾਸ਼ਣ ਜਿਹੜੇ ਆ ਉਹ ਬਾਹਰਲੀਆਂ ਸਟੇਜਾਂ 'ਤੇ ਕੀਤੇ ਜਾਂਦੇ। ਫਿਰ ਉਹਨਾਂ ਨੇ ਜੋ ਸਾਰਾ ਕੁਝ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਗਾਇਆ ਜਾ ਸਕਦਾ ਸੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸੜਕਾਂ ਬਣਾਈਆਂ, ਪੁਲ ਬਣਾਏ ਜਾਂ ਕੋਈ ਸਕੂਲ ਬਣਾਏ, ਕਾਲਜ ਬਣਾਏ, ਉੱਥੇ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਸੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਚਲੋ ਕੋਈ ਗੱਲ ਨਹੀਂ, ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰ ਲਈ। ਉੱਥੇ ਫਿਰ ਇਹਨਾਂ ਨੇ ਬਾਅਦ 'ਚ ਕਿਹਾ ਕਿ ਸਾਡੀ ਸਰਕਾਰ ਚਲਾਉਂਦੇ ਹਾਂ, ਪਾਰਟੀ ਦੇ ਵਿੱਚੋਂ ਕੋਈ ਗਲਤੀਆਂ ਹੋ ਗਈਆਂ ਹੋਣ ਤਾਂ ਮੈਂ ਖਿਮਾ ਦੀ ਯਾਚਨਾ ਕਰਦਾ। ਇਹ ਫਰਕ ਹੈ, ਜਿਹੜੀ ਤਖ਼ਤ ਦੇ ਆਪੇ ਮੰਗ ਲਏ ਆਪੇ, ਜਿਹੜੇ ਤਖ਼ਤ ਦੇ ਉੱਤੇ ਬੇਨਤੀ ਕਰਨੀ ਹੁੰਦੀ ਹੈ ਉਹ ਤਖ਼ਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ, ਉਹਨਾਂ ਦੇ ਕੋਲ ਫਰਿਆਦਾਂ ਦੇਖਦਾ ਸੀ ਉਦੋਂ। ਦੂਜੀ ਜਿਹੜੀ ਗੱਲ ਹੈਗੀ ਹੈ, ਇੱਕ ਭਾਉ ਨੱਥਾ ਨਾਤਿਆ ਦੋ ਭਾਉ ਚੜ ਗਏ ਹੋਰ, ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਘਾਣ ਕੀਤਾ, ਵਿਧੀ ਵਿਧਾਨ ਵਿੱਚ ਵੀ ਦਖਲਅੰਦਾਜ਼ੀ ਕੀਤੀ। ਜੇ ਇਸ ਤਰ੍ਹਾਂ ਦੀਆਂ ਮਾਫ਼ੀਆਂ ਮੰਗਣੀਆਂ ਹੋਣ ਫਿਰ ਤਾਂ ਸਾਰੇ ਜਾ ਕੇ ਜਿੱਥੇ ਮਰਜ਼ੀ ਮੰਗ ਲੈ, ਉੱਥੇ ਤਾਂ ਰੋਜ਼ ਦਾ 200 ਖੰਡ ਪਾਠ ਦਾ ਭੋਗ ਪੈਂਦਾ, ਫਿਰ ਸਾਰੇ ਜਿਸ ਕਮਰੇ 'ਚ ਜਾਣਗੇ ਉੱਥੇ ਮਾਫ਼ੀ ਮੰਗ ਲੈਣਗੇ, ਅਖੰਡ ਪਾਠ ਖਿਲਾ ਲਿਆ ਕਰਨਗੇ, ਉੱਥੇ ਜਾ ਕੇ ਮਾਫ਼ੀ ਮੰਗ ਲਿਆ ਕਰਨਗੇ। ਫਿਰ ਕੀ ਲੋੜ ਸੀ ਸਰਦਾਰ ਸੁਰਜੀਤ ਸਿੰਘ ਬਰਨਾਲੇ ਨੂੰ ਅਤੇ ਬੂਟਾ ਸਿੰਘ ਵਰਗਿਆਂ ਨੂੰ ਕੱਲ 'ਚ ਪੱਲਾ ਪੱਟੀ ਪਾ ਕੇ ਹਮ ਪਾਪੀ ਤੂੰ ਬਖਸ਼ਣਹਾਰ, ਡੇਢ 40-40 ਦਿਨ ਜਿੱਥੇ ਜਾਂਦੇ ਸੀ ਸੁਰਜੀਤ ਸਿੰਘ ਬਰਨਾਲਾ ਕੁਰਸੀ 'ਤੇ ਵੀ ਬਹਿੰਦੇ ਸੀ, ਪੱਟੀ ਨਹੀਂ ਸੀ ਲਾਉਂਦੇ। ਅਤੇ ਜੇ ਥੰਮਲੇ ਦਾ ਬੰਨਣ ਦੀ ਗੱਲ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਨੂੰ, ਉਹਨੇ ਕੱਪੜੇ ਲਾਉਣੇ ਜੋ ਸ਼ੁਰੂ ਕੀਤੇ, ਉਸ ਸੰਗਤ ਨੇ ਕਿਹਾ ਜੀ ਕੋਈ ਗੱਲ ਹੋ ਗਿਆ, ਮਾਫ਼ ਕਰ ਦਿੱਤਾ ਸੰਗਤ ਨੇ, ਸੰਗਤ ਬਖਸ਼ਣਹਾਰ ਹੈ। ਸੋ ਮੈਂ ਤੁਹਾਨੂੰ ਸਿਰਫ ਸਪਸ਼ਟ ਹੀ ਕਰਨਾ ਸਹੀ ਕਿ ਇਹ ਜਿਹੜੀ ਵਿਧੀ ਵਿਧਾਨ ਹੈ
ਉਹਦੇ ਚ ਕਿਸੇ ਨੂੰ ਕੋਈ ਹੱਕ ਨਹੀਂ ਇਹ ਗੁਰਮਤਿ ਦਾ ਕਾਨ ਕਰੇ, ਵਿਧੀ ਵਿਧਾਨ ਚ ਦਖਲ ਅੰਦਾਜ਼ੀ ਕਰੇ ਜਾਂ ਉਹਨੂੰ ਤਬਦੀਲੀ ਕਰੇ, ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਤੇ ਉਹ ਕੌਮ ਨੂੰ ਗੁੰਮਰਾਹ ਕਰੇ। ਸੋ ਇਹ ਫਰਕ ਹੈ।